श्रोमणी अकाली दल डेमोक्रेटिक दे प्रधान सुखदेव सिंह ढींसा अज साबका मंत्री चिरंजी लाल गर्ग दे ग्रह विखे बठिंडा पहुंचे क्योंकि पिछले दिन ही चिरंजी लाल गर्ग दी धर्म पत्नी दा स्वर्गवास हो गया सी, जिस तों बाद उन्हां नाल दुख सांझा करन लई सुखदेव सिंह ढींसा अज उन्हां दे ग्रह विखे पहुंचे। इस मौके सुखदेव सिंह ढींसा ने कहा कि चिरंजी लाल नाल उन्हां दी पुरानी सांझ है जो सदा कायम रहेगी। उथे संयुक्त मोर्चे दे प्रधान राकेश टिकैत ते काफले ते होए हमले बारे बोलदे उन्हां कहा कि इह डेमोक्रेसी दा कान है। ਉਥੇ ਪੰਜਾਬ ਸਰਕਾਰ ਵੱਲੋਂ ਔਰਤਾਂ ਲਈ ਕੀਤੇ ਗਏ ਫ੍ਰੀ ਯਾਤਰਾ ਉਪਰਾਲੇ ਨੂੰ ਉਹਨਾਂ ਨੇ ਚੰਗਾ ਕਰਾਰ ਦਿੱਤਾ, ਪਰ ਨਾਲ ਹੀ ਉਹਨਾਂ ਨੇ ਕਿਹਾ ਕਿ ਸਰਕਾਰ ਘਾਟਾ ਕਿੱਥੋਂ ਪੂਰਾ ਕਰੇਗੀ। ਦੇਖੋ ਗਰਗ ਸਾਹਿਬ ਮੇਰੇ ਬਹੁਤ ਪੁਰਾਣੇ ਮਿੱਤਰ ਨੇ, 40-45 ਸਾਲ ਤੋਂ ਮਿੱਤਰ ਨੇ, ਔਰ ਸਾਡੀ ਦੋਸਤੀ ਟੁੱਟੀ ਵੀ ਨਹੀਂ ਕਦੇ, ਇੱਕ ਦੂਜੇ ਨਾਲ ਰੋਜ਼ ਪਿਆਰ ਵੱਧਦਾ ਰਿਹਾ। ਭਾਵੇਂ ਇਹ ਪਾਰਟੀ ਦੂਸਰੀ 'ਚ ਵੀ ਚਲੇ ਗਏ, ਪਰ ਸਾਡਾ ਪਿਆਰ ਨਹੀਂ ਟੁੱਟਿਆ। ਇਸ ਕਰਕੇ ਇਹਨਾਂ ਨਾਲ ਇਹਨਾਂ ਦੀ ਘਰਵਾਲੀ ਦਾ ਡੈਥ ਹੋਣੀ ਸਾਡੇ ਲਈ ਸਾਰਿਆਂ ਲਈ ਬਹੁਤ ਦੁੱਖ ਦੀ ਗੱਲ ਹੈ, ਕਿਉਂਕਿ ਜੀਵਨ ਸਾਥੀ ਦਾ ਨਾਲ ਚਲੇ ਜਾਣਾ ਇਹ ਤਾਂ ਵੱਡੀ ਗੱਲ ਔਖਾ ਹੋ ਨਹੀਂ ਸਕਦਾ। ਇਸ ਕਰਕੇ ਅੱਜ ਇਹਨਾਂ ਦੇ ਅਫਸੋਸ ਕਰਨ ਵਾਸਤੇ, ਕਿਉਂਕਿ ਮੈਂ ਕੱਲ੍ਹ ਭੋਗ 'ਤੇ ਆਉਣਾ ਸੀ, ਪਰ ਮੇਰੇ ਕੱਲ੍ਹ ਜ਼ਿਲ੍ਹੇ ਦੀ ਮੀਟਿੰਗ ਰੱਖੀ ਹੋਈ ਹੈ, ਉਹ ਫਿਰ ਮੈਂ ਇਹਨੂੰ ਕਹਿੰਦੇ ਹੁਣ ਕੈਂਸਲ ਨਹੀਂ ਹੋ ਸਕਦੀ, ਅਤੇ ਇਸ ਕਰਕੇ ਮਜ਼ਬੂਰੀ ਮੈਨੂੰ ਬਹੁਤ ਦੁੱਖ ਦੀ ਗੱਲ ਹੈ ਜੀ। ਇੱਦਾਂ ਮਾੜੀ ਗੱਲ ਹੋ ਨਹੀਂ ਸਕਦੀ, ਜੇ ਠੀਕ ਹੈ ਕੋਈ ਕਿਸੇ ਦੀ ਸੋਚ ਕੋਈ ਵੀ ਹੋ ਸਕਦੀ ਹੈ, ਪਰ ਇਸ ਤਰ੍ਹਾਂ ਕਿਸੇ 'ਤੇ ਹਮਲੇ ਕਰਨਾ ਇਹ ਡੈਮੋਕ੍ਰੇਟਿਕ ਸਿਸਟਮ 'ਚ ਮਾੜੀ ਗੱਲ ਹੈ। ਕਿਸਾਨਾਂ ਦਾ ਕਹਿਣਾ ਗਾ ਵੀ ਇਹ ਜਿਹੜਾ ਬੀਜੇਪੀ ਵੱਲੋਂ ਹਮਲੇ ਕਰਾਏ ਜਾ ਰਹੇ ਹੈ, ਇਹ ਤਾਂ ਇਨਕੁਆਇਰੀ ਹੋ ਕੇ ਪਤਾ ਲੱਗ ਜੋ ਹੋ ਸਕਦਾ ਉਹਨਾਂ ਦੀ ਗੱਲ ਠੀਕ ਹੋਵੇ। ਇੱਕ ਕੈਪਟਨ ਸਾਹਿਬ ਨੇ ਜਿਹੜੇ ਮਹਿਲਾਵਾਂ ਨੂੰ ਮਾਫ਼ ਕੀਤੇ ਹੈਗੇ ਰੋਡਵੇਜ਼ ਪਹਿਲੀ ਘਟੇ ਜਾ ਰਹੀ ਹੈ ਤੇ ਪੈਸੇ ਕਿੱਥੋਂ ਲਿਆਉਣਗੇ, ਵੱਡੀ ਗੱਲ ਉਹਨਾਂ ਨੇ ਕੋਈ ਬਜਟ ਨਹੀਂ ਰੱਖਿਆ। ਪਿੰਡਾਂ 'ਚ ਤਾਂ ਪ੍ਰਾਈਵੇਟ ਬੱਸਾਂ ਹੀ ਜਾਂਦੀਆਂ, ਸਰਕਾਰੀ ਤਾਂ ਹੈ ਹੀ ਨਹੀਂ ਹੈ ਜੇ ਦੇਖੀਏ। ਤਾਂ ਹੀ ਤਾਂ ਮੈਂ ਕਹਿ ਰਿਹਾ ਉਹ ਪ੍ਰਾਈਵੇਟ 'ਚ ਕਿਸੇ 'ਚ ਫ੍ਰੀ ਨਹੀਂ ਹੈ। ਅੱਗੇ 2022 ਚੋਣਾਂ ਆ ਰਹੀਆਂ ਜੀ, ਉਸ ਕਿਸ ਤਰ੍ਹਾਂ ਲੈਣਾ ਤੁਸੀਂ? ਦੇਖੋ ਅੱਜ ਬਹੁਤੀ ਗੱਲ ਮੈਂ ਨਹੀਂ ਕਹਿੰਦੀ, ਅਜੇ ਨਾ ਹੀ ਅਜੇ ਮੌਕਾ ਹੈ ਅਤੇ ਨਾ ਹੀ ਅੱਜ ਦਾ ਅੱਜ ਮੌਕਾ ਹੈ। ਅੱਜ ਮੈਂ ਆਪਣੇ ਦੋਸਤ ਦੇ ਆਇਆ ਅਫਸੋਸ ਕਰਨ ਲਈ, ਬਸ ਇੰਨਾ ਹੀ ਰੱਖੋ ਤਾਂ ਬਹੁਤ ਹੋ ਗਈ, ਮਿਹਰਬਾਨੀ, ਥੈਂਕ ਯੂ। ਬਠਿੰਡਾ ਤੋਂ ਨਾਇਬ ਸਿੰਘ ਸਿੱਧੂ ਦੀ ਰਿਪੋਰਟ। ਵਧੇਰੇ ਖਬਰਾਂ ਲਈ ਤੁਸੀਂ ਦੇਖਦੇ ਰਹੋ ਅਜੀਤ ਵੈਬ ਟੀਵੀ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।